दोस्तों की अकाली दल अपने पैरों के उपर खड़ा हो पाऊगा कि अकाली दल का जेकर बीजेपी के नाल समझौता हो जाता नाल इन्हां दे बहुजन समाज पार्टी भी आ जाती है कि 27 दे विच सुखबीर सिंह बादल होरी कामयाब हो सकणगे कि 27 दे विच मुख्यमंत्री सुखबीर सिंह बादल होणगे जां फिर जिहड़ा बीजेपी दे नाल समझौता सिरे चढ़ूगा नहीं सिरे चढ़ूगा कित्थे आखर गल अटकी हुई है किहड़ी कंट्राडिक्शन है विच जिहड़ी वाल वांग विच है पर निकल नहीं रही। वैसे तां काम सारा ट्रांसपेरेंट है पर किते ना किते हजे तक हथ मिलण की जिहड़ी ओह तुसीं कह लो कि कवायद है वह नहीं हजे हुई हैगी। खास करके मामले वड्डे ने जदों बाहर आ गए सी एनडीए दे विच श्रोमणी अकाली दल ते इन्हां नूं महसूस होया कि बीजेपी नालों बाहर आके साडा नुकसान होया। बीजेपी नूं पता इस गल दा कि अकाली दल नूं छड्ड के साडा जिहड़ा हैगा नुकसान होया। अकाली दल दे उपर गल्लबात करन दे लई मेरे नाल डॉक्टर हरविंदर सिंह पट्टी साहब मौजूद ने। पट्टी साहब सति श्री अकाल, स्वागत है जी तुहाडा। सति श्री अकाल शुक्रिया, थैंक यू जी। डॉक्टर साहब, श्रोमणी अकाली दल ते एनडीए जां बीजेपी कह लो एक बड़ा पुराना रिश्ता नाता, हुण तां आपां इह कह सकदे हां कि अगली पीढ़ी उस रिश्ते नाते नूं पड़ोसूगी रखूगी जां नहीं, क्योंकि प्रकाश सिंह बादल साहब होर इक गल कहिंदे हुंदे सी कि पंजाब दे जदों हालात खराब सी असीं तां जिहड़ा भाईचारा सी उस भाईचारे नूं कायम करन दे लई असीं बीजेपी दे नाल हथ मिलाया सी। जनसंघ तों बाद बीजेपी दा इक वड्डा इतिहास है अकालियां दे नाल, ਤਾਂ ਹੁਣ ਫਿਰ ਗੱਲ ਅਟਕੀ ਹੋਈ ਹੈ। ਹਾਲਾਂਕਿ ਆਪਾਂ ਸਾਰੇ ਸੋਚਦੇ ਹਾਂ, ਪੂਰਾ ਪੰਜਾਬ ਵਾਸੀ ਸੋਚਦੇ ਨੇ ਕਿ ਅਲਾਇੰਸ ਤਾਂ ਹੋ ਜਾਊਗਾ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਬੀਜੇਪੀ ਦਾ, ਅਲਾਇੰਸ ਤੋਂ ਬਾਅਦ ਦੀ ਸਥਿਤੀ ਕੀ ਰਹੂਗੀ? ਡਾਕਟਰ ਸਾਹਿਬ ਉਹ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸੋ ਕਿ ਕੀ ਲੱਗਦਾ ਜਿਹੜਾ ਸਫਲਤਾ ਬਾਰੇ ਸੋਚਿਆ ਹੋਇਆ ਅਕਾਲੀ ਦਲ ਅਤੇ ਭਾਜਪਾ ਨੇ, ਇਹ ਸਫਲ ਹੋ ਜਾਣਗੇ ਜੇ ਇਕੱਠੇ ਮਿਲ ਕੇ ਚੱਲਾਂਗੇ, ਅਤੇ ਕਿਵੇਂ ਰਹੂਗਾ ਡਾਕਟਰ ਸਾਹਿਬ? ਸਰ ਉਹ 2-3 ਇਸ਼ੂ ਹੈਗੇ ਨੇ ਜਿਹੜੇ ਬੜੇ ਇੰਪੋਰਟੈਂਟ ਨੇ। ਇੱਕ ਤਾਂ ਇਹ ਹੈ ਕਿ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਹਾਰਿਆ ਸੀ ਆਪ ਤੋਂ ਪੰਜਾਬ ਦੇ ਵਿੱਚ, ਜਿਵੇਂ ਲੱਗਦਾ ਸੀ ਵੀ ਬਿਲਕੁਲ ਹੀ ਜ਼ੀਰੋ ਹੋ ਗਏ, ਇੱਦਾਂ ਨਹੀਂ ਹੋਇਆ। ਉਹ SGPC ਦੀ ਇਲੈਕਸ਼ਨ ਦੇ ਵਿੱਚ ਵੀ ਆਪਾਂ ਦੇਖਿਆ ਅਤੇ ਬਾਅਦ ਦੇ ਵੀ ਥੋੜ੍ਹੇ ਬਹੁਤ ਮਸਲਿਆਂ ਦੇ ਜਿਹੜੇ ਮੋਰਚੇ ਲੱਗੇ, ਜਿਹੜੇ ਖੜਕੂ ਤੱਤ ਵਾਲੇ ਮੋਰਚੇ ਅਸੀਂ ਕਹਿ ਸਕਦੇ ਹਾਂ, ਚਾਹੇ ਉਹ ਅੰਮ੍ਰਿਤਪਾਲ ਦਾ ਸੀ, ਚਾਹੇ ਉਹ ਬੰਦੀ ਸਿੰਘਾਂ ਦਾ ਸੀ, ਈਵਨ ਜਿਹੜਾ ਬਹਿਬਲ ਕਲਾਂ ਵਾਲਾ ਸੀ, ਮਤਲਬ ਮੋਰਚੇ ਉਸ ਤਰੀਕੇ ਦੇ ਨਾਲ ਪਾਪੂਲਰ ਮੋਰਚੇ ਨਹੀਂ ਬਣ ਸਕੇ, ਉਹ ਸਾਡੇ ਸਾਹਮਣੇ ਹੈ। ਅੱਛਾ, ਅਕਾਲੀ ਦਲ ਬੇਸ਼ੱਕ ਉਸ ਤਰੀਕੇ ਨਾਲ ਪ੍ਰੋਟੈਸਟ ਇਹਨਾਂ ਨੇ 2-4 ਵਾਰੀ ਕੀਤੇ, ਇਹ ਵੀ ਮੋਰਚੇ ਵਾਲਾ ਜਿਹੜਾ ਕਲਚਰ ਸੀ ਉਹ ਨਹੀਂ ਇਹ ਇਨਹੈਰਿਟ ਕਰ ਸਕੇ। ਪਰ ਉਹਨਾਂ ਦਾ ਵੱਡਾ ਐਸੈਟ ਜਿਹੜਾ ਹੈ ਅਕਾਲੀ ਦਲ ਦਾ, ਬਾਦਲ ਪਰਿਵਾਰ ਵੱਲੋਂ ਕੰਟਰੋਲ ਜਿਹੜਾ ਅਕਾਲੀ ਦਲ ਹੈ, ਉਹ ਹੈ ਕਿ ਅਕਾਲੀ ਦਲ ਹੌਲੀ 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 ਇੱਕ ਐਗਰੋ ਬੇਸਡ ਜਾਂ ਸੈਮੀ ਬਿਜ਼ਨਸਮੈਨਾਂ ਦੀ ਪਾਰਟੀ ਬਣ ਗਿਆ ਸੀ। ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਦੀ ਗੱਲ ਕਰੀ ਉਹਦੇ 'ਚ ਇਸ ਕਰਕੇ ਸ਼ਹਿਰੀ ਕਮਿਊਨਿਟੀ ਵੀ ਲਿਆਂਦੀ ਗਈ ਸੀ, ਹਿੰਦੂ ਕਮਿਊਨਿਟੀ ਦੇ ਵੀ ਬੰਦੇ ਲਿਆਂਦੇ ਗਏ ਸੀ, ਇੱਥੋਂ ਤੱਕ ਇੰਨੇ ਹਰਿਆਣੇ ਅਤੇ ਦਿੱਲੀ 'ਚ ਵੀ ਬੰਦੇ ਖੜੇ ਕਰੇ ਸੀ, ਪਰ ਉਹ ਐਕਸਪੈਰੀਮੈਂਟ ਫੇਲ ਹੋ ਗਿਆ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਬਣ ਸਕੀ। ਪਰ ਉਹ ਮਿਡਲ ਕਲਾਸ ਨੇ ਕਹਿ ਲਓ, ਮੁਲਾਜ਼ਮਾਂ ਨੇ ਕਹਿ ਲਓ, ਕਿਸਾਨੀ ਮੋਰਚੇ ਦੀ ਵਜ੍ਹਾ ਦੇ ਨਾਲ ਕਹਿ ਲਓ, ਆਪ ਨੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਹੁਣ ਜਿਹੜੀ ਸਥਿਤੀ ਬਣ ਰਹੀ ਹੈ, ਆਪ ਦੀ ਜਿਹੜੀ ਡਿਸਅਪੋਇੰਟਮੈਂਟ ਹੈ, ਜਿਹੜੇ ਬਦਲਾਅ ਜਿਹੜਾ ਆਇਆ ਸੀ, ਜਿਹੜੇ ਬਦਲਾਅ ਤੋਂ ਲੋਕ ਹੁਣ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਇਹ ਹੈ ਕਿ ਉਹ ਕਾਂਗਰਸ ਵੱਲ ਜਾਣਗੇ ਕਿ ਜਾਂ ਉਹ ਅਕਾਲੀਆਂ ਵੱਲ ਜਾਣਗੇ, ਕਿਉਂਕਿ ਕਾਂਗਰਸ ਸੀ ਪੰਜਾਬ ਦੇ ਵਿੱਚ ਖਿੰਡੀ ਹੋਈ ਹੈ, ਆਪਸ ਦੇ ਵਿੱਚ ਬਹੁਤ ਸਾਰਾ ਲੜਾਈ ਝਗੜਾ ਹੈ। ਸੈਂਟਰ ਦੀ ਲੀਡਰਸ਼ਿਪ ਨੇ ਹੋਰ ਟਿਊਨ ਫੜ ਲਈ ਹੈ, ਉਹ ਟਿਊਨ ਪੰਜਾਬ ਦੇ ਵਿੱਚ ਐਕਸੈਪਟੇਬਲ ਨਹੀਂ ਹੈ। ਇਸ ਹਾਲਾਤ ਦੇ ਵਿੱਚ ਅਕਾਲੀ ਦਲ ਦਾ ਪੋਸੀਬਿਲਿਟੀਜ਼ ਨੇ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ। ਅਕਾਲੀ ਦਲ ਨੂੰ ਬਾਹਰੋਂ ਨਹੀਂ ਕੋਈ ਮਾਰ ਪੈ ਰਹੀ ਹੁਣ ਉਸ ਤਰੀਕੇ ਦੇ ਨਾਲ, ਅਕਾਲੀ ਦਲ ਨੂੰ ਅੰਦਰੋਂ ਮਾਰ ਪੈ ਰਹੀ ਹੈ ਕਿ ਜਿਹੜਾ ਉਹਦਾ ਸਟਾਈਲ ਆਫ ਫੰਕਸ਼ਨਿੰਗ ਹੈ, ਖਾਸ ਕਰਕੇ ਲੀਡਰਸ਼ਿਪ ਦਾ, ਉਹ ਇਹ ਵੀ ਇੱਕ ਛੋਟਾ ਜਿਹਾ ਗਰੁੱਪ ਹੈ, ਉਹ ਗਰੁੱਪ ਦੇ ਵਿੱਚ ਇੱਕੋ ਹੀ ਵਿਅਕਤੀ ਲਗਭਗ ਫੈਸਲੇ ਲੈਂਦਾ, ਪਰ ਫੈਸਲੇ ਲੈਣ ਦਾ ਜਿਹੜਾ ਤਰੀਕਾ ਹੈ ਉਹ ਜਿਵੇਂ ਪਹਿਲਾਂ ਪੰਚਾਇਤੀ ਹੁੰਦਾ ਸੀ ਜਾਂ ਖੁੱਲ੍ਹ ਕੇ ਰੈਸਲਾ ਕਰ ਲੈਂਦੇ ਸੀ, ਫੋਰਮਲੀ ਇਨਫੋਰਮਲੀ, ਉਹ ਖਤਮ ਹੋ ਗਈ। ਆਪਾਂ ਨੇ ਲੇਟੈਸਟ ਦੇਖਿਆ ਹੈ ਕਿ ਜਿਹੜਾ ਹਰਗੋਬਿੰਦ ਕੌਰ ਬੀਬੀ ਹੈ, ਜਿਹੜੀ ਉਹਨੂੰ ਪ੍ਰਧਾਨ ਬਣਾਇਆ ਇਸਤਰੀ ਅਕਾਲੀ ਦਲ ਦੀ, ਉਹਦੇ ਤੋਂ ਹੀ ਆਪਣੇ ਸਾਹਮਣੇ ਹੈ ਸਾਰਾ ਕੁਛ। ਪਰ ਇਹ ਹੈ ਕਿ ਹੌਲੀ ਹੌਲੀ ਮੇਰਾ ਖਿਆਲ ਹੈ ਕਿ ਸੈਂਟਰ ਲੀਡਰਸ਼ਿਪ ਹੈ ਜਿਹੜੀ ਬੀਜੇਪੀ ਦੀ, ਉਹ ਇਹਨਾਂ ਨੂੰ ਥੋੜ੍ਹਾ ਪਰੇ ਤੱਕ ਕੇ ਲੈਜੀਟੀਮਾਈਜ਼ ਕਰ ਰਹੀ ਹੈ, ਕਿਉਂਕਿ ਇੱਕਦਮ ਜੇ ਇਹਨਾਂ ਨੇ ਜੱਫੀ ਪਾ ਲਈ ਤਾਂ ਜਿਹੜੇ ਪੰਥਕ ਸਰਕਲ ਨੇ ਜਾਂ ਜਿਹੜੇ ਮਿਸਲੀਡ ਹੋ ਸਕਣ ਵਾਲੇ ਜਿਹੜੇ ਸੈਕਸ਼ਨ ਨੇ, ਉਹਨਾਂ ਨੂੰ ਇਹ ਲੱਗੂਗਾ ਅਸਲ ਦੇ ਵਿੱਚ ਕਿ ਇਹ ਤਾਂ ਵਿਕ ਗਏ ਨੇ, ਰਲ ਗਏ ਨੇ, ਜੇ ਇਹ ਥੋੜ੍ਹਾ ਜਿਹਾ ਜੇ ਮੁੱਛਾਂ ਮੁੱਛਾਂ ਖੜੀਆਂ ਕਰਕੇ ਅੱਖਾਂ ਦਿਖਾ ਕੇ
ਜਦੋਂ ਭਲਵਾਨ ਕਿਤੇ ਰਲ ਕੇ ਵੀ ਮੈਚ ਖੇਡਦੇ ਹੁੰਦੇ ਨੇ ਨਾ ਝੰਡੀ ਦਾ, ਤੁਸੀਂ ਦੇਖਿਆ ਜਿਹੜਾ ਫਿਕਸਡ ਮੈਚ ਵੀ ਹੋਵੇ ਨਾ, ਉਹ 'ਚ ਵੀ ਗੇਮ ਤਾਂ ਖੇਡਣੀ ਪੈਂਦੀ ਹੈ ਨਾ, ਕੋਈ ਛੱਕੇ ਛੱਕੇ ਵੀ ਮਾਰਨੇ ਪੈਂਦੇ ਨੇ ਜਾਂ ਭਲਵਾਨੀ ਦੇ ਵਿੱਚ ਇੱਕ ਦੋ ਦਾਅ ਚਲਾਉਣੇ ਪੈਂਦੇ ਨੇ। ਅਸਲ 'ਚ ਉਸ ਦੌਰ ਦੇ ਵਿੱਚੋਂ ਅਕਾਲੀ ਦਲ ਲੰਘ ਰਿਹਾ, ਪਰ ਇਹਨਾਂ ਦੇ ਵਿੱਚ ਇਨਹਰੈਂਟ ਜਿਹੜਾ ਪੰਗਾ ਹੈ ਉਹ ਇਹ ਹੈ ਕਿ ਪੰਜਾਬ ਦਾ ਸਮਾਜ ਬਦਲ ਗਿਆ। ਪੰਜਾਬ ਦਾ ਸਮਾਜ ਹੁਣ ਉਹ ਤਾਂ ਹੈ ਨਹੀਂ ਪਹਿਲਾਂ ਵਾਲਾ ਕਿ ਤੁਸੀਂ ਕਾਲ ਦਿੱਤੀ ਤਾਂ ਮੋਰਚਿਆਂ ਲਈ ਜਿਹੜੇ ਪੁਰਾਣੇ ਬਜ਼ੁਰਗ ਜਥੇਦਾਰ ਨੇ ਉਹਨਾਂ ਨੇ ਆ ਜਾਣਾ ਤਿਆਰ ਹੋ ਕੇ। ਹੁਣ ਇੱਕ ਤਾਂ ਯੂਥ ਅੱਗੇ ਆ ਗਿਆ ਬਹੁਤ ਸਾਰਾ, ਯੂਥ ਹੈ ਜਿਹੜਾ ਉਹ ਨਸ਼ਿਆਂ 'ਚ ਗੈਂਗਿਜ਼ਮ ਦੇ ਵਿੱਚ ਜਾਂ ਬਾਹਰ ਗਿਆ ਹੋਇਆ ਬਹੁਤ ਸਾਰਾ। ਸੋ ਉਹ ਜਿਹੜੇ ਚੀਜ਼ਾਂ ਨੇ ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਉਹਦੇ 'ਚ ਰੋਲ ਪਲੇ ਕਰਦਾ। ਸੋਸ਼ਲ ਮੀਡੀਆ ਜਾਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਵਾਲਾ ਹਿੱਸਾ, ਇਹਨਾਂ ਦਾ ਬਹੁਤ ਵੀਕ ਹੈ, ਹੌਲੀ ਹੌਲੀ ਉੱਧਰ ਨੂੰ ਜਾ ਰਹੇ ਨੇ ਬੇਸ਼ੱਕ, ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਪੇਸ ਖਾਲੀ ਪਈ ਹੈ ਉਹਨੂੰ ਕੌਣ ਪੂਰੀ ਕਰਦਾ ਉਹ ਵੱਖਰੀ ਗੱਲ ਹੈ। ਇੱਕ ਰੀਜਨਲ ਸਟਰੋਂਗ ਪਾਰਟੀ ਜਿਹੜੀ ਰੂਰਲ ਬੇਸ ਨੂੰ ਵੀ ਨਾਲ ਲੈ ਕੇ ਚੱਲ ਸਕੇ ਉਹਦੀ ਜ਼ਰੂਰਤ ਹੈਗੀ ਹੈ। ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪ ਦੇ ਵਿੱਚੋਂ ਵੀ ਨਿਰਾਸ਼ ਹੋ ਕੇ ਦੂਜੇ ਪਾਸੇ ਗਏ, ਬਹੁਤ ਸਾਰੇ ਕਿਸਾਨ ਲੀਡਰ ਵੀ ਹੈਗੇ ਨੇ, ਅਜੇ ਮਤਲਬ ਕੁਛ ਪੱਕ ਨਾਲ ਕਹਿਣਾ ਔਖਾ। ਜੇ ਕੋਈ ਦੂਜੇ ਲੋਕ ਔਰਗੇਨਾਈਜ਼ ਨਹੀਂ ਹੁੰਦੇ, ਕੋਈ ਅਲਟਰਨੇਟਿਵ ਨਹੀਂ ਬਣਦਾ, ਤਾਂ ਇਹ ਚਾਂਸ ਹੈਗੇ ਨੇ ਕਿ ਜੇ ਰਿਪੀਟ ਕਰਦਾ ਐਨ ਡੀ ਏ ਸੈਂਟਰ ਦੇ ਵਿੱਚ ਤਾਂ ਉਹਦੇ ਨਾਲ ਰਲ ਕੇ ਇਹ ਪੰਜਾਬ 'ਚ ਸਰਕਾਰ ਬਣਾ ਸਕਦੇ ਨੇ, ਕਿਉਂਕਿ ਆਪ ਤੋਂ ਬਾਅਦ ਕਾਂਗਰਸ ਇੱਥੇ ਅਲਟਰਨੇਟਿਵ ਨਜ਼ਰ ਨਹੀਂ ਆ ਰਹੀ ਆਪ ਦੀ ਘੜੀ ਲੋਕਾਂ ਨੂੰ। ਚੀਜ਼ ਇਹ 'ਤੇ ਡਿਪੈਂਡ ਕਰੂਗੀ ਕਿ ਜੇ ਨੈਸ਼ਨਲ ਲੈਵਲ ਦੇ ਉੱਪਰ ਹੀ ਚੇਂਜ ਵਾਲਾ ਹਵਾ ਵਗ ਜਾਂਦੀ ਹੈ ਤਾਂ ਫਿਰ ਕੀ ਪੰਜਾਬ ਦੇ 'ਚ ਅਕਾਲੀਆਂ ਨੂੰ ਰਿਸਪੋਂਸ ਮਿਲੂਗਾ। ਫਿਰ ਉਸ ਹਾਲਾਤ ਦੇ ਵਿੱਚ ਮੇਰਾ ਖਿਆਲ ਹੈ ਵੀ ਸਥਿਤੀ ਬਹੁਤ ਗੁੰਝਲਦਾਰ ਹੋ ਜਾਊਗੀ। ਇੱਕ ਗੱਲ ਹੋਰ ਇੱਥੇ ਜੋੜ ਦਿਓ ਨਾਲ, ਤੁਸੀਂ ਦੇਖੋ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਉਹ ਹਮੇਸ਼ਾ ਅਲੱਗ ਰਹੀ ਹੈ। ਕੇਂਦਰ ਦੇ ਵਿੱਚ ਹੋਰ ਸਰਕਾਰ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਹੋਰ ਸਰਕਾਰ ਹੁੰਦੀ ਹੈ। ਬਾਏ ਚਾਂਸ ਕਿਤੇ ਐਂ ਨਾ ਹੋ ਜਾਵੇ ਕਿ ਜਿਹੜਾ ਨੈਸ਼ਨਲ ਲੈਵਲ ਦੇ ਉੱਪਰ ਅਲਾਇੰਸ ਬਣਿਆ ਉੱਥੇ ਉਹ ਕਾਮਯਾਬ ਹੋ ਜੇ, ਪੰਜਾਬ ਦੇ ਵਿੱਚ ਬੀਜੇਪੀ ਦੇ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਹੋ ਜੇ, ਕੀ ਹੁੰਦਾ ਆ ਏਦਾਂ? ਅਮਰਿੰਦਰ ਸਿੰਘ ਵਾਲਾ ਕੰਮ ਹੋ ਜਾਵੇ ਨਾ, ਜਿਹੜਾ ਉਹਨਾਂ ਦਾ ਰੱਥ ਸੀਗਾ ਇੰਡੀਆ ਦਾ ਰੱਥ ਅਸੀਂ ਉਹ ਰੋਕ ਲਿਆ। ਇੰਨੀ ਅਜੇ ਮੇਰਾ ਖਿਆਲ ਹੈ ਅਕਾਲੀ ਦਲ ਦੇ ਵਿੱਚ ਯੂਨਿਟੀ ਤੇ ਇੰਨੀ ਸਮਰੱਥਾ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ, ਆਪਾਂ ਦੇਖੀਏ ਇੰਨੀ ਕਪੈਸਿਟੀ ਨਹੀਂ ਹੈ ਕਿ ਲੋਕ ਉਹਨਾਂ ਵੱਲ ਨੂੰ ਚਲੇ ਜਾਣਗੇ। ਹਾਂ ਇਹ ਹੋ ਸਕਦਾ ਹੈ ਕਿ ਜੇ ਸਾਰੇ ਜਿਸ ਤਰ੍ਹਾਂ ਢੀਂਡਸਾ ਹੋ ਗਏ ਸਾਹਿਬ ਹੋ ਗਏ ਆਪਣੇ ਮਤਲਬ ਕੌਰ ਹੋ ਗਈ ਸਾਰੇ ਸਾਰੀਆਂ ਧਿਰਾਂ ਉਹ ਇਹਨਾਂ ਤੋਂ ਦੁਖੀ ਇਸ ਕਰਕੇ ਨਹੀਂ ਹਨ ਕਿ ਉਹ ਆਈਡਿਆਲੋਜੀ ਦੇ ਜਾਂ ਹੋਰ ਕੋਈ ਮਤਭੇਦ ਨੇ, ਇਹ ਕਿ ਉਹਨਾਂ ਨੂੰ ਠੀਕ ਤਰ੍ਹਾਂ ਟ੍ਰੀਟ ਨਹੀਂ ਕੀਤਾ ਗਿਆ। ਇਹਨਾਂ ਦਾ ਬਿਲਕੁਲ ਮੈਨੇਜਰੀਅਲ ਸਟਾਈਲ ਹੈ ਕਿ ਜਿਵੇਂ ਮੁਲਾਜ਼ਮ ਤੁਸੀਂ ਰੱਖ ਲਿਆ ਤੇ ਉਹਨੂੰ ਕੱਢਤਾ। ਇਹ ਜਿਹੜਾ ਪੰਜਾਬ ਦਾ ਕਲਚਰ ਹੈ ਨਾ, ਇਹਦੇ 'ਚ ਬੰਦੇ ਹੋਰ ਤਾਂ ਸਾਰਾ ਕੁਛ ਬਰਦਾਸ਼ਤ ਕਰ ਲੈਂਦੇ ਨੇ, ਬੇਇੱਜ਼ਤੀ ਨਹੀਂ ਬਰਦਾਸ਼ਤ ਕਰਦੇ। ਜਿਹੜੀ ਇੱਜ਼ਤ ਹੈ ਨਾ, ਮਤਲਬ ਚਾਹੇ ਉਹ ਛੋਟਾ ਬੰਦਾ ਹੋਵੇ ਕੋਈ, ਉਹ ਥੋੜ੍ਹੀ ਜਿਹੀ ਡਿਗਨਿਟੀ ਤੇ ਉਹਦੇ ਲਈ ਹੁੰਦਾ। ਪਰ ਇਹਨਾਂ ਨੇ ਪਿਛਲੇ ਸਮੇਂ ਜਿਹੜਾ ਰਾਜ ਕੀਤਾ ਹੈ ਉਹਦੇ ਦੌਰਾਨ ਅਕਾਲੀ ਦਲ ਦੇ ਖਾਸ ਕਰਕੇ ਰਾਜ ਦੇ ਦੌਰਾਨ ਇਹਨਾਂ ਨੇ ਪੈਸੇ ਦੀ ਸ਼ਕਤੀ ਦੇਖ ਲਈ ਹੈ। ਤੁਸੀਂ ਦੇਖੋ ਕਿ ਬੱਸ ਹੇਠ ਆ ਕੇ ਇੱਕ ਲੜਕੀ ਮਰ ਗਈ, ਜਿਹੜਾ ਬੰਦਾ ਮਤਲਬ ਵਿਕਟਮ ਹੈ ਉਹਨੂੰ ਖਰੀਦਣ ਦਾ ਇੱਕ ਕਲਚਰ ਇਹਨੇ ਪੈਦਾ ਕਰਿਆ। ਇੰਸਪੈਕਟਰ ਸੀ ਉਹਦੀ ਬੇਟੀ, ਮਤਲਬ ਉਹਨੂੰ ਇੰਸਪੈਕਟਰ ਲਾ ਦਿੱਤਾ, ਉਹ ਇੰਸਪੈਕਟਰ ਨੂੰ ਮਾਰਤਾ ਸੀ, ਮੁੰਡੇ ਉਹਦੀ ਬੇਟੀ ਨੂੰ ਛੇੜ ਰਹੇ ਸੀ, ਇਹਨਾਂ ਦੇ ਬੰਦੇ ਸੀ ਉਹ। ਜਿਹੜਾ ਇਹ ਇੱਕ ਢਾਲ ਕੀ ਹੈ ਨਾ ਪੰਜਾਬ ਦੇ ਅਣਖ ਦੇ ਕਲਚਰ ਨੂੰ, ਉਹ ਇਹਨਾਂ ਦੇ ਟਾਈਮ ਲੱਗੀ ਹੈ ਵੈਸੇ, ਪਰ ਉਹ ਖਤਮ ਨਹੀਂ ਹੋਇਆ ਪੂਰਾ। ਉਹ ਇਸ ਭੁਲੇਖੇ ਦੇ ਵਿੱਚ ਨੇ ਕਿ ਸਾਰਾ ਕੁਛ ਪੈਸੇ ਨਾਲ ਖਰੀਦ ਲਿਆ ਜਾਊਗਾ, ਇੱਦਾਂ ਨਹੀਂ ਹੁੰਦਾ। ਤੁਸੀਂ ਕੁਛ ਕੁ ਜਥੇਦਾਰ ਕੁਛ ਕੁ SGPC ਦੇ ਮੈਂਬਰ ਚੈਂਬਰੇ ਕਰ ਸਕਦੇ ਹੋ, ਪਰ ਓਵਰਆਲ ਜਦੋਂ ਕਮਿਊਨਿਟੀ ਹੈ ਜਿਹੜੀ ਪੰਜਾਬੀਆਂ ਦੀ, ਜਿਸ ਤਰ੍ਹਾਂ ਆਪਾਂ ਕਿਸਾਨ ਮੋਰਚੇ 'ਚ ਵੀ ਦੇਖੀ, ਉਹ ਚਾਹੇ ਤੁਸੀਂ ਜਿੰਨੇ ਮਰਜ਼ੀ ਚਲਾਕੀਆਂ ਕਰੀ ਜਾਓ, ਸੈਂਟਰਲ ਸਰਕਾਰ ਦਾ ਬਹੁਤ ਜ਼ੋਰ ਸੀ, ਬੜੇ ਤਕੜੇ ਸੀ ਉਹ, ਡਾਢੇ ਸੀ, 750 ਬੰਦਾ ਜਾਨਾਂ ਦੇ ਚੁੱਕਿਆ ਸੀ, ਇਹਦੇ ਬਾਵਜੂਦ ਵੀ ਸਰਕਾਰ ਨੂੰ ਉਹਨੂੰ ਝੁਕਣਾ ਪਿਆ ਸੀ। ਸੋ ਪੰਜਾਬ ਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਜਾਂ ਤਾਂ ਇਹ ਰੀਜਨਲ ਪਾਰਟੀ ਵਾਲਾ ਸਪੇਸ ਲੈ ਲੈਣ, ਲੋਕਾਂ ਨੂੰ ਦਿਲ ਨਾਲ ਲਾ ਲੈਣ, ਜਿਹੜੇ ਗਏ ਹੋਏ ਨੇ ਉਹਨਾਂ ਨੂੰ ਠੀਕ ਤਰ੍ਹਾਂ ਆਪਣਾ ਬਿਹੇਵੀਅਰ ਚੇਂਜ ਕਰਕੇ ਉਹਨਾਂ ਨੂੰ ਕਰਨ, ਨਹੀਂ ਤਾਂ ਫਿਰ ਹੋਰ ਕੁਛ ਅਲਟਰਨੇਟਿਵ ਅਮਰਜ ਹੋ ਜਾਊਗਾ, ਐਸੀ ਕੋਈ ਗੱਲ ਨਹੀਂ ਹੈ। ਨਹੀਂ ਡਾਕਟਰ ਸਾਹਿਬ ਇੱਕ ਗੱਲ ਹੋਰ ਸਮਝਾਇਆ ਇੱਥੇ, ਦੇਖੋ ਗੱਲ ਚੱਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਕੇ ਕੋਈ ਹੋਰ ਬੰਦੇ ਨੂੰ ਪ੍ਰਧਾਨ ਲਾਓ ਜੇ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਕਰਨਾ। ਆਮ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਆਹ ਚਰਚਾ ਬਥੇਰੇ ਬੰਦੇ ਆਹ ਗੱਲ ਕਰਦੇ ਨੇ ਕਿ ਇਹ ਨਹੀਂ ਹੋ ਸਕਦਾ। ਦੇਖੋ ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਸੋਰਸ ਹੈਗੇ, ਬੰਦੇ ਹੈਗੇ, ਇੱਕ ਅਲਟੀਮੇਟ ਅਕਾਲੀ ਦਲ ਦੇ ਵਿੱਚ ਪਾਵਰ ਹੈਗੀ ਹੈ ਕਿ ਜਿੰਨਾ ਕੁ ਹੋ ਸਕਦਾ ਉਹਨਾਂ ਕੁ ਸਾਰਾ ਢਾਂਚਾ ਇਹ ਸੰਗਠਨ ਬੰਨ੍ਹ ਕੇ ਰੱਖਿਆ ਹੋਇਆ। ਜੇਕਰ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਕਿਸੇ ਹੋਰ ਬੰਦੇ ਨੂੰ ਪ੍ਰਧਾਨਗੀ ਲਈ ਲੈ ਕੇ ਆਉਣਗੇ, ਉਦਾਹਰਨ ਦੇ ਤੌਰ ਤੇ ਮਤਲਬ ਕਿ ਚੰਦੂ ਮਹਿਰਾ ਸਾਹਿਬ ਨੂੰ ਪ੍ਰਧਾਨਗੀ ਲਈ ਲੈ ਕੇ ਆਉਣਗੇ, ਤਾਂ ਬਗਾਵਤ ਹੋ ਜਾਊਗੀ। ਕਿਸੇ ਹੋਰ ਬੰਦੇ ਲੈ ਕੇ ਆਉਣਗੇ, ਬਗਾਵਤ ਹੋ ਜਾਊਗੀ। ਜਾਂ ਫਿਰ ਕਹਿ ਲਓ ਕਿ ਜੇਕਰ ਸੁਖਬੀਰ ਸਿੰਘ ਬਾਦਲ ਪਾਸੇ ਹੁੰਦੇ ਨੇ, ਕੀ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਛੋਟੇ ਯੂਨਿਟ ਬਣ ਕੇ ਖਿੰਡਣੀ ਜਾਊਗੀ ਪਾਰਟੀ? ਇਹ ਵੀ ਇੱਕ ਵੱਡਾ ਸਵਾਲ ਪੈਦਾ ਹੁੰਦਾ।
ਸਾਹਿਬ ਇਸ ਵਿੱਚ ਨਾ ਇਹਦਾ ਹੈਗਾ ਕਾਰਪੋਰੇਟ ਮਾਡਲ ਅਸਲ ਦੇ ਵਿੱਚ। ਇਹ ਤਾਂ ਉਹ ਰਾਜਾ ਵੜਿੰਗ ਨੇ ਕਹਿ ਹੀ ਦਿੱਤਾ ਕਿ ਸਮਝੌਤਾ ਹੋ ਗਿਆ ਸੀ, ਬੀਜੇਪੀ ਕਹਿ ਰਹੀ ਸੀ ਵੀ ਚੰਦੂ ਮਾਜਰਾ ਸਾਹਿਬ ਨੂੰ ਪ੍ਰਧਾਨ ਬਣਾ ਦਿਉ ਅਤੇ 50% ਸਾਨੂੰ ਸੀਟਾਂ ਦਿਉ ਅਤੇ ਉਹ 'ਚੋਂ ਅਸੀਂ ਦੇਖਾਂਗੇ ਕਿ ਜੇ ਜ਼ਿਆਦਾ ਸੀਟਾਂ ਸਾਡੀਆਂ ਤਾਂ ਸੀ ਐੱਮ ਸਾਡਾ ਹੋਣਗੇ। ਇਹ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਨੇ, ਕਹਿ ਰਹੇ ਤਾਂ ਚਲੋ ਜਦੋਂ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਨੇ ਸਾਰਾ ਕੁਛ ਹੈ। ਆਪਾਂ ਜਿਹੜੀ ਗੱਲ ਸਮਝਣ ਵਾਲੀ ਹੈ ਅਕਾਲੀ ਦਲ ਦੀ, ਇਹ ਅਕਾਲੀ ਦਲ ਬੇਸਿਕਲੀ ਬਿਜ਼ਨਸ ਆਧਾਰਿਤ ਅਕਾਲੀ ਦਲ, ਜਿਨ੍ਹਾਂ ਦੇ ਬਿਜ਼ਨਸ ਨੇ ਛੋਟੇ ਵੱਡੇ, ਚਾਹੇ ਉਹ ਕੇਬਲਾਂ ਦਾ, ਚਾਹੇ ਟਰਾਂਸਪੋਰਟ ਦਾ, ਚਾਹੇ ਉਹ ਇਲੀਗਲ ਬਿਜ਼ਨਸ ਨੇ ਮਾਈਨਿੰਗ ਦੇ ਨੇ, ਚਾਹੇ ਕੋਈ ਨੇ, ਉਹ ਸਾਰੇ ਦੇ ਸਾਰੇ ਅਸਲ ਦੇ ਵਿੱਚ ਸਿਕਿਓਰ ਕਿਹਦੇ ਕੋਲ ਫੀਲ ਕਰਦੇ? ਬਿਜ਼ਨਸ ਹੈ ਜਿਹੜਾ ਇਹਨਾਂ ਨੇ ਬੰਨ ਕੇ ਰੱਖਿਆ ਹੋਇਆ ਵਗੈਰਾ, ਉਹਦੇ 'ਚ ਇੰਟਰਸਟ ਨੇ। ਜਿਹੜੀ ਅਗਲੀ ਪੀੜ੍ਹੀ ਅਕਾਲੀਆਂ ਦੀ ਆਈ ਸੀ, ਆਪਾਂ ਦੇਖਿਆ ਕਿ ਜਿਹੜੇ ਉਹਨਾਂ ਦੇ ਯੂਥ ਅਕਾਲੀ ਦਲ ਜਿਹੜਾ ਬਣਿਆ ਸੀਗਾ, ਉਹਨਾਂ ਦੇ ਵਿੱਚ ਤੁਸੀਂ ਦੇਖ ਲਓ ਬਿਜ਼ਨਸਮੈਨ, ਆੜ੍ਹਤੀਏ ਜਾਂ ਹੋਰ, ਜਾਂ ਕਹਿ ਲਓ ਗੈਂਗਸਟਰ ਜਾਂ ਸੈਮੀ ਸੈਮੀ ਜਿਹੜਾ ਲੀਗਲ ਕੰਮ ਕਰਨ ਵਾਲੇ, ਅੱਧਾ ਕਿ ਲੀਗਲ ਅਤੇ ਅੱਧਾ ਕਿ ਇਲੀਗਲ ਇਸ ਕੰਮ ਵਾਲੇ ਸੀ, ਬਿਲਡਰ, ਮਤਲਬ ਬਹੁਤ ਸਾਰੇ ਨੇ। ਉਹਨਾਂ ਦਾ ਜਿਹੜਾ ਨੈਟਵਰਕਿੰਗ ਹੈ ਇੱਕ ਅਸਲ ਦੇ ਵਿੱਚ, ਉਹ ਇਹਨਾਂ ਦੀ ਰੀੜ੍ਹ ਦੀ ਹੱਡੀ ਹੈ। ਔਰ ਜੇ ਕੋਈ ਹੋਰ ਬਣੂਗਾ, ਉਹ ਉਹਨਾਂ ਨੂੰ ਸਿਕਿਓਰ ਨਹੀਂ ਲੱਗਦਾ ਆਪਣਾ ਆਪ। ਕਿੰਨੇ ਪ੍ਰਾਈਵੇਟ ਕਾਲਜ, ਕਿੰਨੇ ਹੀ ਮਾਫੀਏ ਨੇ ਪੰਜਾਬ ਦੇ ਜਿਹੜੇ ਹੁਣ ਚੱਲ ਰਹੇ ਨੇ, ਉਹ ਅਫਸਰਾਂ ਦੇ ਨੈਟਵਰਕ ਹੋਰ, ਇਹ ਮਾਨ ਸਾਹਿਬ ਉਹਨਾਂ ਦੀ ਸਰਕਾਰ ਤਾਂ ਇਹਦੇ ਉੱਪਰ ਬੈਠੇ ਨੇ, ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਅੰਦਰੋਂ ਅੰਦਰੀ ਜਿਹਨਾਂ ਨੇ ਇਹਨਾਂ ਨੂੰ ਵੀ ਫੰਡਿੰਗ ਕਰੀ ਹੈ, ਉੱਧਰ ਵੀ ਤਾਂ ਜੁੜੇ ਹੁੰਦੇ ਨੇ। ਤੋ ਇਹ ਜਿਹੜਾ ਇੱਕ ਨੈਟਵਰਕਿੰਗ ਪੰਜਾਬ ਦੇ ਵਿੱਚ ਬਹੁਤ ਡਿਵੈਲਪ ਹੋ ਗਿਆ ਕਾਫੀ ਸਾਰਾ, ਉਹ ਜਿਹੜਾ ਵਿਜੀਬਲ ਨਹੀਂ, ਦੇਖਣ ਨੂੰ ਨਹੀਂ ਪਤਾ ਲੱਗਦਾ। ਉਹਦੇ ਵਿੱਚ ਕਾਂਗਰਸੀ ਵੀ ਹੁੰਦੇ ਨੇ, ਉਹਦੇ ਵਿੱਚ ਦੂਜੇ ਵੀ ਹੁੰਦੇ ਨੇ, ਮਤਲਬ ਉਹ ਪਾਰਟੀ ਨਾਲ ਨਹੀਂ ਹਨ, ਉਹ ਤਾਂ ਕਿਸੇ ਪਾਰਟੀ ਨੂੰ ਵੀ ਹਿਲਾ ਚਲਾ ਸਕਦੇ ਨੇ। ਅਸੀਂ ਰਾਜ ਤਾਂ ਉਹਨਾਂ ਦਾ, ਜਿਹੜੇ ਗਰਾਊਂਡ ਲੈਵਲ ਤੇ ਸੱਤਾਧਾਰੀ ਨੇ ਉਹ ਆਪ ਦੇ ਵਿੱਚ ਵੀ ਬੈਠੇ ਨੇ ਬਹੁਤ ਸਾਰੇ। ਗੱਲ ਇਹ ਕਿ ਉਹਨਾਂ ਦੇ ਇੰਟਰਸਟ ਕੌਣ ਸਰਵ ਕਰੂਗਾ? ਜੇ ਉਹਨਾਂ ਨੂੰ ਲੱਗਦਾ ਹੋਵੇ ਜਿਹੜਾ ਕਰੂਗਾ ਉਹ ਵੀ ਐਕਸੈਪਟੇਬਲ ਹੋਊਗਾ, ਨਹੀਂ ਉਹ ਖੰਡਾ ਦੇਣਗੇ। ਕੀ ਤਸਵੀਰ ਬਣੂਗੀ ਜੇਕਰ ਸਮਝੌਤਾ ਹੋ ਜਾਂਦਾ? ਸਰਦਾਰ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਜਾਂ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਨਾਲ ਆਈ ਜਾਣਾ, ਢੀਂਡਸਾ ਸਾਹਿਬ ਨੇ ਵੀ ਨਾਲ ਆਏ ਜਾਣਾ, ਜਦੋਂ ਸਾਰੇ ਇੱਕ ਮੰਚ ਦੇ ਉੱਪਰ ਸਜੇ ਹੋਏ ਹੋਣਗੇ, ਵੱਡੀ ਤਸਵੀਰ ਹੋਊਗੀ ਉਹ ਵੀ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਇਤਿਹਾਸ ਦੇ ਵਿੱਚ ਇਵੇਂ ਹੁੰਦਾ ਰਿਹਾ। ਮੈਨੂੰ ਤਾਂ ਕਈ ਵਾਰੀ ਹੈਰਾਨੀ ਹੁੰਦੀ ਹੁੰਦੀ ਹੈ ਕਿ ਬੰਦੇ 30-30 ਸਾਲ ਇੱਕ ਪਾਰਟੀ ਦੇ ਵਿੱਚ ਉਹਦਾ ਚੋਣ ਨਿਸ਼ਾਨ ਦਾ ਪ੍ਰਚਾਰ ਕਰਦੇ ਕਰਦੇ ਜਦੋਂ ਦੂਜੀ 'ਚ ਜਾਂਦੇ ਨੇ ਜਿਹਦੇ ਖਿਲਾਫ ਹੁੰਦੇ ਨੇ, ਉਹਨਾਂ ਨੂੰ ਗੇਅਰ ਬਦਲਣ ਨੂੰ ਟਾਈਮ ਲੱਗਣਾ ਚਾਹੀਦਾ ਹੁੰਦਾ, ਬਿਲਕੁਲ ਨਹੀਂ ਲੱਗਦਾ, ਤੁਰੰਤ ਹੀ ਹੋ ਜਾਂਦੇ ਨੇ ਉਹ। ਤੁਸੀਂ ਜਲੰਧਰ ਦੇਖਿਆ ਹੀ ਹੈ, ਜਲੰਧਰ ਦੇ ਵਿੱਚ ਉਹੀ ਬੰਦਾ ਜਿਹੜਾ MLA ਦੇ ਖਿਲਾਫ ਖੜਾ ਹੋਇਆ ਸੀ ਤੇ ਹਾਰਿਆ ਸੀ ਆਪ ਤੋਂ, ਉਹੀ MP ਬਣ ਗਿਆ ਨਾ। ਸੋ ਇਹ ਪੋਲੀਟੀਸ਼ੀਅਨ ਨੇ ਜਿਹੜੇ ਬਹੁਤ ਵੱਡੇ ਕਲਾਕਾਰ ਹੁੰਦੇ ਨੇ, ਐਸੀ ਗੱਲ ਨਹੀਂ ਹੈ, ਪਰ ਫਿਰ ਵੀ ਕੁਛ ਨਾ ਕੁਛ ਹਰ ਚੀਜ਼ ਦੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਜਿਹੜੀ ਅਨਾਰਕੀ ਹੈ ਉਹ 'ਚ ਵੀ ਕੋਈ ਆਰਡਰ ਹੁੰਦਾ। ਡਾਕਟਰ ਸਾਹਿਬ, ਉਹ ਤਾਂ ਦੇਖੋ ਆਪਾਂ ਕਹਿੰਦੇ ਹਾਂ ਕਿ ਬੰਦੇ ਨੂੰ ਪਾਸਟ ਆਪਣਾ ਨਾਲ ਲੈ ਕੇ ਨਹੀਂ ਚੱਲਣਾ ਚਾਹੀਦਾ, ਉਹ ਭੁੱਲ ਜਾਣਾ ਚਾਹੀਦਾ। ਆ ਪੋਲੀਟੀਕਲ ਬੰਦੇ ਉਸੇ ਚੀਜ਼ ਦੇ ਪਹਿਰਾ ਦਿੰਦੇ ਨੇ ਕਿ 40 ਸਾਲ ਦੂਜੀ ਪਾਰਟੀ 'ਚ ਪ੍ਰਚਾਰ ਕੀਤਾ, ਹੁਣ ਆਪਾਂ ਦੂਜੀ ਜਾ ਕੇ ਜਿਹੜਾ ਪਾਸਟ ਹੈ ਉਹਨੂੰ ਭੁੱਲ ਜਾਓ। ਜਦੋਂ ਭਜਨ ਲਾਲ ਇੱਕ ਵਾਰੀ ਨਾ ਸਾਰੀ ਦੀ ਸਾਰੀ ਗੌਰਮੈਂਟ ਇਫੈਕਟ ਕਰ ਗਈ ਸੀ, ਉਹ ਕਿਸੇ ਨੇ ਉਹਨੂੰ ਪੁੱਛਿਆ ਸੀ ਸਵਾਲ, ਉਹ ਕਹਿੰਦਾ ਤਾਂ ਮੂਰਖ ਨੇ, ਕਹਿੰਦਾ ਮਤਲਬ ਕਹਿੰਦਾ ਹੁਣ ਅਸੀਂ ਇੱਕ ਸਟੇਸ਼ਨ ਤੇ ਆ ਗਏ, ਉੱਥੋਂ ਅਗਲੀ ਬੱਸ ਕਹਿੰਦਾ ਹੋਰ ਅੱਗੇ ਨੂੰ ਜਾਂਦੀ ਹੈ, ਜਿੱਥੇ ਤੱਕ ਉਹਦੇ ਨਾਲ ਪਹੁੰਚਣਾ ਸੀ ਪਹੁੰਚ ਗਏ, ਹੁਣ ਅਗਲੀ ਬੱਸ ਫੜਦੇ ਹਾਂ। ਕਹਿੰਦਾ ਇਹ 'ਚ ਕੀ ਗਲਤ ਗੱਲ ਹੈ, ਜਿਹੜੀ ਬੱਸ ਮੰਜ਼ਿਲ ਤੇ ਲੈ ਗਈ ਉਹ 'ਚ ਬੈਠ ਜਾਵਾਂਗੇ। ਸੋ ਇਹ ਦੇਖੋ ਕਿ ਜਿਹੜੇ ਸਾਡੇ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਨੂੰ ਕਿਹੜੀ ਬੱਸ ਹੈ ਜਿਹੜੀ ਚੰਗੀ ਲੱਗਦੀ ਹੈ ਤੇ ਕਿਹੜੀ ਮੰਜ਼ਿਲ ਤੇ ਲੈ ਕੇ ਜਾਂਦੀ ਹੈ ਉਹ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਅਕਾਲੀ ਦਲ ਦਾ ਜੇ ਫਿਲਹਾਲ ਮੇਰਾ ਖਿਆਲ ਇਹ ਹੈ ਕਿ ਉਹਨਾਂ ਦੀ ਰਿਵਾਈਵਲ ਉਹ ਕਰ ਰਹੇ ਨੇ ਥੋੜ੍ਹੀ ਥੋੜ੍ਹੀ, ਐਸੀ ਗੱਲ ਨਹੀਂ ਹੈ, ਪਰ ਉਹ ਸਿਆਣਪ ਨਾਲ ਨਹੀਂ ਕਰ ਰਹੇ, ਆਪੇ ਵੀ ਆਪਣੇ ਖੇਡ ਨੇ ਖੰਡਾ ਸਕਦੇ ਨੇ, ਇਹ ਚਾਂਸਸ ਕਾਫੀ ਪਏ ਨੇ। ਕਈ ਵਾਰ ਡਾਕਟਰ ਸਾਹਿਬ ਹਾਲਾਤ ਧੱਕ ਕੇ ਕੁਰਸੀ ਵੱਲ ਲੈ ਕੇ ਜਾਂਦੇ ਨੇ, ਜਿਵੇਂ ਆਮ ਆਦਮੀ ਪਾਰਟੀ ਨੂੰ ਲੈ ਕੇ ਚਲੇ ਗਏ, ਹੋ ਸਕਦਾ ਕਿ ਸਿਆਣਪ ਨਾ ਵਰਤਣ, ਹਾਲਾਤ ਉਸ ਤੱਕ ਪਹੁੰਚਾ ਦੇਣ, ਆ ਵੀ ਗੱਲ ਹੋ ਸਕਦੀ ਹੈ। ਸੋ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲਬਾਤ ਸਾਂਝੀ ਕਰਨ ਦੇ ਲਈ, ਧੰਨਵਾਦ। ਸ਼ੁਕਰੀਆ ਪੰਗੂ ਸਾਹਿਬ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ, ਗੱਲਬਾਤ ਸੁਖਵੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਅਲਾਈਅੰਸ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ। ਸ਼ੁਕਰੀਆ।